ਦੇ ਹਾਲਾਤ 'ਚ ਆਸ਼ਕਾਂ ਦਾ ਮਾੜਾ ਹਾਲ ਹੈ ਅਤੇ ਇੱਕ ਮੁੰਡਾ ਆਪਣੀ ਮਸ਼ੂਕ ਨੂੰ ਮਿਲਣ ਵਾਸਤੇ ਫੋਰਸ ਕਰਦਾ ਹੈ ਅਤੇ ਅੱਗੋਂ ਕੁੜੀ ਉਹਨੂੰ ਬੜਾ ਸਮਝਾਉਂਦੀ ਹੈ ਕਿ ਪਤਿੰਦਰ ਕਿੱਥੇ ਚੱਲਦੇ ਹੈ, ਲੋਕ ਸੁਣ ਕੇ ਜਰਾ ਬਾਈ ਜੀ। ਕਿਹੜੀ ਗੱਲੋਂ ਹਿੱਡ ਕਰਦੈ ਪਤਿੰਦਰਾ, ਵੇ ਮਿਲੇ ਨਹੀਂ ਉਹ ਦਿਨ ਪੂਰੇ ਹੋਏ ਪੰਦਰਾਂ। ਕਿਹੜੀ ਗੱਲੋਂ ਹਿੱਡ ਕਰਦੈ ਪਤਿੰਦਰਾ, ਮਿਲੇ ਨਹੀਂ ਉਹ ਦਿਨ ਪੂਰੇ ਹੋਏ ਪੰਦਰਾਂ। ਸਾਰਾ ਲੋਕਡਾਊਨ ਹੋਇਆ ਇੰਡੀਆ, ਬੈਠੀਆਂ ਘਰਾਂ 'ਚ ਕੁੰਡੇ ਲਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ। ਖੌਫ ਨਾਲ ਪਈਆਂ ਵੇਖ ਸੁਣੀਆਂ ਨੇ ਗਲੀਆਂ, ਰੀਝਾਂ ਲਾ ਲਾ ਸੇਕਦੇ ਆ ਪੈਰਾਂ ਦੀਆਂ ਤਲੀਆਂ। ਖੌਫ ਨਾਲ ਪਈਆਂ ਵੇਖ ਸੁਣੀਆਂ ਨੇ ਗਲੀਆਂ, ਰੀਝਾਂ ਲਾ ਲਾ ਸੇਕਦੇ ਆ ਪੈਰਾਂ ਦੀਆਂ ਤਲੀਆਂ। ਆ ਲੈ ਸੁਣਦੀ ਆਵਾਜ਼ ਮਿੱਤਰਾ, ਆਏ ਤੜਕੇ ਗਵਾਂਢੀ ਕੁੱਟ ਖਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ। ਤਿੰਨ ਫੁੱਟੀ ਡਾਂਗ ਛੇੜ ਕੰਬਣੀ ਸਰੀਰ ਨੂੰ, ਪੈਂਦੀ ਹੈ ਜੋੜਾਂ ਤੇ ਆਉਂਦੀ ਅਕਲੇ ਅਖੀਰ ਨੂੰ। ਵੇ ਤਿੰਨ ਫੁੱਟੀ ਡਾਂਗ ਛੇੜ ਕੰਬਣੀ ਸਰੀਰ ਨੂੰ, ਪੈਂਦੀ ਹੈ ਜੋੜਾਂ ਤੇ ਆਉਂਦੀ ਅਕਲੇ ਅਖੀਰ ਨੂੰ। ਵੇਖ ਕਿਤੇ ਰੋਣਾ ਯਾਰਾ ਪੈ ਜੇ ਤਕਦੀਰ ਨੂੰ, ਮਹਿੰਗੀ ਆਸ਼ਕੀ ਨਾ ਪੈ ਜੇ ਮੋੜ ਲੈ, ਤੇਰਾ ਬੁਲਟ ਅੱਖ ਬਚਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ। ਮੰਨ ਲੈ ਵੇ ਗੱਲ ਹੁਣ ਮੇਰੇ ਆਵੇ ਹਾਣੀਆਂ, ਗੀਆਂ ਜੇ ਚਾਰ ਫੇਰ ਚੱਲੀਆਂ ਨਹੀਂ ਜਾਣੀਆਂ। ਵਿਭਿੰਨ ਕੇ ਟਿਕਾਣਿਆਂ ਤੇ ਤੀਰ ਵੱਜਦੇ, ਲਾਲਟੈਨ ਵਾਂਗੂ ਫੇਰ ਹੱਡ ਜਾਗਦੇ, ਕਰਦੀ ਬਹਾਨਾ ਕੋਈ ਨਾ, ਕਹਿਤੀ ਹੂੰ ਕਸਮ ਉਠਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ। ਆਸ਼ਕਾਂ ਵਿਚਾਰਿਆਂ ਘਰਾਂ 'ਚ ਹੋ ਗਈ ਜੇਲ ਵੇ, ਬੱਬੂ ਮਾਣੀ ਰੱਬ ਹੀ ਕਰਾਉ ਸਾਡਾ ਮੇਲ ਵੇ। ਆਸ਼ਕਾਂ ਵਿਚਾਰਿਆਂ ਘਰਾਂ 'ਚ ਹੋ ਗਈ ਜੇਲ ਵੇ, ਬੱਬੂ ਮਾਣੀ ਰੱਬ ਹੀ ਕਰਾਉ ਸਾਡਾ ਮੇਲ ਵੇ। ਉਹ ਕਾਲ ਵੀਡੀਓ ਕਰਾਂਗੇ ਮੰਨ ਲੈ, ਵੇ ਤੂੰ ਰੱਖ ਲਈ ਨੈੱਟ ਬਚਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵਲ ਕੱਢਦੀ ਪੁਲਿਸ ਲੰਮੇ ਪਾ ਕੇ, ਵੇ ਤੂੰ ਮੁੜ ਜਾ ਘਰਾਂ ਨੂੰ ਮੁੜ ਜਾ, ਵੇ ਵਲ ਕੱਢਦੀ ਪੁਲਿਸ ਲੰਮੇ ਪਾ ਕੇ। ਵੈਸੇ ਤਾਂ ਯਾਰ ਕਿਸੇ ਤੋਂ ਡਰਦਾ ਨਹੀਂ, ਪਰ ਜੇ ਤੂੰ ਕਹਿੰਦੀ ਹੈ ਚੱਲ ਮੰਨ ਲੈਂਦੇ ਹਾਂ। ਦੋਸਤੋ ਇਹ ਲੋਕਡਾਊਨ ਕੋਈ ਸ਼ੌਕ ਵਾਸਤੇ ਨਹੀਂ, ਜਿੰਨੇ ਵੀ ਡਾਕਟਰ ਸਾਹਿਬ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਇਹ ਆਪਣੀ ਸੇਫਟੀ ਵਾਸਤੇ ਆਪਣੀ ਸੁਰੱਖਿਆ ਵਾਸਤੇ ਇਹ ਤਨ ਮਨ ਧਨ ਆਪਣੀ ਡਿਊਟੀ ਕਰ ਰਹੇ ਨੇ। ਆਪਣਾ ਫਰਜ਼ ਬਣਦਾ ਹੈ ਕਿ ਇਹਨਾਂ ਦਾ ਬਸ ਸਾਥ ਦੇਈਏ। ਦੋਸਤੋ ਪੀਐਮ ਮੋਦੀ ਸਾਹਿਬ ਨੇ ਵੀ ਆਪਣਾ ਫਰਜ਼ ਅਦਾ ਕਰ ਦਿੱਤਾ, ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਆਪਣਾ ਫਰਜ਼ ਅਦਾ ਕਰੀਏ, ਘਰੇ ਰਹਿ ਕੇ ਘਰੇ ਰਹੋ, ਸੁਰੱਖਿਅਤ ਰਹੋ। ਜੈ ਹਿੰਦ।